ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਇਸ ਮੌਕੇ ਗੁਰਜੀਤ ਔਜਲਾ ਨੇ ਕਿਹਾ ਕਿ 23 ਤਰੀਕ ਨੂੰ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਦੇ ਲਈ ਉਡਾਨ ਸ਼ੁਰੂ ਕੀਤੀ ਜਾ ਰਹੀ ਹੈ। ਇਹ ਉਡਾਨ ਸ਼ਨੀਵਾਰ ਨੂੰ ਨਾਂਦੇੜ ਸਾਹਿਬ ਦੇ ਲਈ ਰਵਾਨਾ ਹੋਵੇਗੀ ਅਤੇ ਰਵੀਵਾਰ ਨੂੰ ਵਾਪਸ ਅੰਮ੍ਰਿਤਸਰ ਪਹੁੰਚੇਗੀ। ਹਰਸਿਮਰਤ ਬਾਦਲ ਦੇ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਬਰਮਿੰਘਮ ਦੀ ਉਡਾਨ ਨੂੰ ਲੈ ਕੇ ਟੈਨਸ਼ਨ ਲੈਣ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ। ਬਹੁਤ ਜਲਦ ਅੰਮ੍ਰਿਤਸਰ ਤੋਂ ਬਰਮਿੰਘਮ ਦੇ ਲਈ ਉਡਾਨ ਸ਼ੁਰੂ ਕੀਤੀ ਜਾਵੇਗੀ। ਮੈਂ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਨਾ ਆ ਕਿ ਮੈਨੂੰ ਉਹਨਾਂ ਨੇ ਇਸ ਕਾਬਲ ਬਣਾਇਆ ਕਿ ਇਹ ਜਿਹੜੀ ਫਲਾਈਟ ਆ ਇਹਨਾਂ ਦੇ ਆਸ਼ੀਰਵਾਦ ਨਾਲ, ਸੰਗਤ ਦੇ ਸਮਰਥਨ ਦੇ ਨਾਲ ਔਰ ਅਸੀਂ ਸ਼ੁਰੂ ਕਰਾਉਣ 'ਚ ਕਾਮਯਾਬ ਹੋਏ ਹਾਂ, ਕਿਉਂਕਿ ਬੜੇ ਚਿਰ ਦੀ ਮੰਗ ਸੀ ਔਰ ਮੇਰੀ ਵੀ ਦਿਲੀ ਖਾਹਿਸ਼ ਸੀ। ਦੋ ਤਖਤਾਂ ਦੀ ਵਿੱਚ ਆਪਸੀ ਜਿਹੜਾ ਬਾਈ ਏਅਰ ਜੁੜਨਾ ਇੱਕ ਇਤਿਹਾਸਿਕ ਪਲ ਆ ਔਰ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ ਹੈ। ਇਹਦੇ ਨਾਲ ਜਿਹੜੀ ਹੁਣ ਸੰਗਤ ਅੰਮ੍ਰਿਤਸਰ ਦੇ ਨਾਲ, ਪੰਜਾਬ ਦੇ ਨਾਲ ਸੰਬੰਧਿਤ ਆ, ਖਾਸ ਕਰ ਮਾਝਾ ਏਰੀਆ ਜਾਂ ਜਿਹੜੇ ਅੰਤਰਰਾਸ਼ਟਰੀ ਯਾਤਰੀ ਜਿੰਨੇ ਅੰਮ੍ਰਿਤਸਰ ਆਉਣੇ ਨੇ ਉਹਨਾਂ ਨੂੰ ਇਹ ਬੜਾ ਵਧੀਆ ਇੱਕ ਮੌਕਾ ਮਿਲ ਗਿਆ ਕਿ ਉਹ ਸਿੱਧੇ ਇੱਥੋਂ ਸ਼੍ਰੀ ਹਜ਼ੂਰ ਸਾਹਿਬ ਦਰਸ਼ਨ ਮੇਲੇ ਕਰਕੇ ਵਾਪਸ ਇੱਕ ਦਿਨ 'ਚ ਵੀ ਆ ਸਕਦੇ ਔਰ ਕੋਸ਼ਿਸ਼ ਕਰਨੀ ਹੁਣ ਸ਼ਨੀ ਐਤਵਾਰ ਆ ਕਿ ਇਹ ਫਲਾਈਟ ਬੁੱਧਵਾਰ ਵੀ ਚਾਲੂ ਹੋਵੇ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਹੁਣੇ ਅਜੇ ਚੈੱਕ ਕਰ ਰਿਹਾ ਸੀ ਬੁਕਿੰਗ ਡਿਪਾਰਟਮੈਂਟ ਦੇ ਨਾਲ ਗੱਲ ਕਰਕੇ ਏਅਰ ਇੰਡੀਆ ਦੇ, ਤਕਰੀਬਨ ਫੁੱਲ ਹੋ ਗਈ, 80% ਬੁਕਿੰਗ ਜਿਹੜੀ ਉਹਦੀ ਫਲਾਈਟ ਦੀ ਹੋ ਗਈ ਆ। ਔਰ ਇਹ ਜਿਹੜਾ ਸ਼ੁਭ ਦਿਨ ਹੈ ਇਹਦੇ 'ਤੇ ਅੱਜ ਸਿੱਧਾ ਹੀ ਪਾਰਲੀਮੈਂਟ ਤੋਂ ਮੇਰਾ ਪਰਮਾਤਮਾ ਦੇ ਘਰ, ਕਿਉਂਕਿ ਇੱਥੋਂ ਸ਼ੁਰੂਆਤ ਕੀਤੀ ਸੀ ਮੱਥਾ ਟੇਕ ਕੇ ਕੰਮਾਂ ਦੀ ਔਰ ਹਮੇਸ਼ਾ ਹੀ ਕਰਦੇ ਔਰ ਹਮੇਸ਼ਾ ਹੀ ਕਰਨੀ ਕਿ ਜਿਸ ਪਰਮਾਤਮਾ ਨੇ ਬਲ ਬਖਸ਼ਿਆ ਉਹਦਾ ਸ਼ੁਕਰਾਨਾ ਕਰਨਾ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।